कोरोना वायरस के खतरे से लोगों को सुरक्षित बचाने के उद्देश्य से लगाए गए कर्फ्यू को कल सात दिन हो गए हैं जबकि यह क्रम अभी चौदह अप्रैल तक जारी रहने वाला है इस दौरान अपने ही घरों में बंद लोगों को जिला प्रशासन द्वारा जहां हर संभव सहायता पहुंचाने की व्यवस्था बनाई गई है वहीं जिले के स्वास्थ्य विभाग द्वारा विभिन्न वाग्यों में कोरोना संक्रमित मरीजों की तलाश अभी भी जारी है गांवों में प्रवेश पर रोक लगाने के उद्देश्य से जिले में अब तक सभी गांवों में नाके लगा दिए गए हैं गाँव वालों की माने तो उनको पुलिस द्वारा कहा गया कि अपने अपने गांवों को सुरक्षा के मद्देनज़र बंद कर दो ताकि किसी बाहरी व्यक्ति का गांव में प्रवेश ना हो सके इसी के चलते नंगल के करीब दर्जनों गाँवों को स्थानीय लोगों द्वारा ट्रालियाँ लगा या गाड़ियाँ लगा या अन्य अवरोधक सामान लगाकर बंद कर दिया गया है वहीं प्रशासन ने भी अपील करा है कि लोगों को किसी प्रकार के डरने की जरूरत नहीं है यह तो सिर्फ सुरक्षा के मद्देनजर किया गया है ज्ञानचंद सरपंच पिंड मानखपुर सानो प्रशासन दा हुक्म होया प्रशासन कौन जी एसएचओ साहब दा फोन आया था वे अपने पिनजड़ी सील कर दियो तुम नाके लाओ अपने पिंड दा जिम्मेदारी लाओ वे कोई बाहरो बंदा जड़ा ना वो एंट्री ना करे जेको आवे तो सानो उदी रिपोर्ट देओ ਇਸ ਘਰ ਕੇ ਸਾਡੇ ਪਿੰਡ ਦੇ ਬੰਦੇ ਨਾਲ ਮਿਲ ਕੇ ਪ੍ਰਸ਼ਾਸਨ ਦਾ ਹੁਕਮ ਮੰਦੇ ਹੋਏ ਨਾਕੇ ਜਿਹੜੇ ਲਾਤੇ ਅਸੀਂ ਕਿਤੇ ਇਦਾਂ ਤਾਂ ਨਹੀਂ ਜਿਦਾਂ ਆਪਣਾ ਨਾਮ ਵਗੈਰਾ ਪਿੰਡਾਂ ਜਿਹੜੇ ਤਿੰਨ ਪਿੰਡਾਂ ਹਾਂ ਕੁਝ ਇਹੋ ਜਿਹੀ ਫੁਵਾਹ ਕਰਕੇ ਚਾਹ ਫੁਵਾਹ ਸਾਨੂੰ ਤਾਂ ਦੇਖੋ ਕੋਈ ਪਤਾ ਨਹੀਂ ਵੀ ਉਹ ਫੁਵਾਹ ਜਾਂ ਕੁਝ ਵੀ ਸਾਨੂੰ ਤਾਂ ਪ੍ਰਸ਼ਾਸਨ ਨਾਲ ਰਲ ਕੇ ਚੱਲਣਾ ਪੈਣਾ ਔਰ ਡਰ ਵੀ ਸੱਚਾ ਨੰਗਲ ਦੇ ਕਰੀਬੀ ਤਿੰਨ ਪਿੰਡ ਪਨਾਮ ਦੇ ਨਾਲ ਲੱਗਦੇ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਅਜਿਹੀ ਇੱਕ ਅਫਵਾਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਮਾਹੌਲ ਤਨਾਪੂਰਨ ਜਰੂਰ ਹੋ ਗਿਆ ਹੈ ਤੇ ਜਦ ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਪਿੰਡ ਪਹੁੰਚੇ ਤੇ ਅਸੀਂ ਉੱਥੇ ਜਾਂਚ ਕੀਤੀ ਤੇ ਉਸ ਤੋਂ ਬਾਅਦ ਐਸਡੀਐਮ ਜੋ ਨੰਗਲ ਹੈ ਉਹਨਾਂ ਨਾਲ ਗੱਲ ਕੀਤੀ ਤੇ ਐਸਡੀਐਮ ਨੰਗਲ ਦਾ ਕਹਿਣਾ ਕਿ ਅਜੇ ਹੀ ਸਥਿਤੀ ਨਹੀਂ ਹੈ ਕਿ ਪਿੰਡਾਂ ਉਸ ਤਿੰਨ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਅਜੇ ਹੀ ਕੋਈ ਵੀ ਗੱਲ ਦੀ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਕਿ ਪਿੰਡ ਸੀਲ ਕਰ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜੋ ਇਹ ਅਫਵਾਹ ਫੈਲ ਰਹੀ ਆ ਉਹ ਬਿਲਕੁਲ ਗਲਤ ਹੈ ਤੇ ਇਹ ਅਫਵਾਹਾਂ ਫੈਲਣ ਤੋਂ ਰੁਕਣਾ ਚਾਹੀਦਾ ਹੈ ਤੇ ਨਾਲੇ ਜੋ ਨਿਜੀ ਚੈਨਲ ਕੁਝ ਇਹ ਖਬਰ ਚਲਾ ਰਹੇ ਨੇ ਉਹ ਬਿਲਕੁਲ ਗਲਤ ਹੈ ਤੇ ਉਹਨਾਂ ਨੇ ਇਸ ਗੱਲ ਦੀ ਸਾਬ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੂੰ ਜੋ ਤਿੰਨ ਪਿੰਡ ਨੇ ਨੰਗਲ ਦੇ ਲਾਗੇ ਪਨਾਮ ਦੇ ਨਾਲ ਲੱਗਦੇ ਪਿੰਡਾਂ ਉਹਨਾਂ ਨੂੰ ਸੀਲ ਨਹੀਂ ਕੀਤਾ ਗਿਆ ਹਾਂ ਪਿੰਡ ਵਾਲਿਆਂ ਦੇ ਕਹਿਣ ਦੇ ਉੱਤੇ ਪਿੰਡ ਦੀ ਜੋ ਐਂਟਰੀ ਹੈ ਉਥੇ ਉਸ ਨੂੰ ਜ਼ਰੂਰ ਰੋਕ ਦਿੱਤਾ ਗਿਆ ਤਾਂ ਜੋ ਕੋਈ ਬਾਹਰ ਦਾ ਅਣਜਾਣ ਵਿਅਕਤੀ ਉਸ ਪਿੰਡ ਦੇ ਵਿੱਚ ਨਾ ਆਵੇ ਇਸ ਨੂੰ ਚੱਲਿਆ ਸੀ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਵਾ ਗਿਆ ਸੀ ਨੰਗਲ ਦੇ ਲਾਗੇ ਖੜਿਆ ਪਿੰਡ ਬ੍ਰਹਮਪੁਰ ਵਿਖੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਕੈਨ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਪਿੰਡਾਂ ਨੂੰ ਸੀਲ ਨਾਕੇ ਉੱਤੇ ਬੰਦ ਨਾਕਾ ਲਗਾ ਦਿੱਤਾ ਗਿਆ ਐਂਟਰੀ ਉਤੇ ਤਾਂ ਜੋ ਬਾਹਰ ਦਾ ਕੋਈ ਵੀ ਵਿਅਕਤੀ ਪਿੰਡ 'ਚ ਨਾ ਆ ਸਕੇ ਅਜਿਹਾ ਪਿੰਡ ਵਾਸੀਆਂ ਦਾ ਕਹਿਣਾ ਕਿ ਪੁਲਿਸ ਦੇ ਕੈਨ ਉੱਤੇ ਅਜਿਹਾ ਕੀਤਾ ਗਿਆ ਹੈ ਪਰ ਅਸੀਂ ਇੱਥੇ ਅਪੀਲ ਵੀ ਕਰਦੇ ਹਾਂ ਕਿ ਕਿਸੇ ਪ੍ਰਕਾਰ ਦੀ ਕੋਈ ਪੈਨਿਕ ਲੈਣ ਦੀ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇ ਨਜ਼ਰ ਕਰਦੇ ਹੋਈ ਅਜਿਹਾ ਕੀਤਾ ਹੈ ਤੇ ਇੱਕ ਵਾਰ ਫਿਰ ਅਸੀਂ ਇਸ ਗੱਲ ਤੋਂ ਪੁਸ਼ਟੀ ਕਰਦੇ ਹਾਂ ਕਿ ਨੰਗਲ ਦੇ ਲਾਗੇ ਕਿਸੇ ਵੀ ਪਿੰਡ ਨੂੰ ਸੀਲ ਨਹੀਂ ਕੀਤਾ ਗਿਆ ਹੈ ਤੇ ਤਾਂ ਜੋ ਐਸ ਡੀ ਐਮ ਨੰਗਲ ਹੈ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਲੋਕਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਪੈਨਿਕ ਲੈਣ ਦੀ ਫਿਲਹਾਲ ਕੋਈ ਜ਼ਰੂਰਤ ਨਹੀਂ ਹੈ ਤੇ ਰੋਪੜ ਦੇ ਵਿੱਚ ਹੁਣ ਤੱਕ ਕੋਈ ਵੀ ਪੋਸਟਿਵ ਮਾਮਲਾ ਨਹੀਂ ਹੈ ਕੈਮਰਾ ਪਰਸਨ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਫਾਸਟਵੇ ਨਿਊਜ਼ ਨੰਗਲ ਡੈਮ ਇਸ ਮਸਿਆਰ ਨੂੰ ਲੱਗੀ ਹੋਏਗੀ ਤੇ ਉਹਨਾਂ ਨੇ ਆਪਣੀ ਸਮਝ ਦੇ ਹਿਸਾਬ ਨਾਲ ਉਹ ਚੀਜ਼ ਕਰ ਦਿੱਤੀ ਹੈ ਤੇ ਪ੍ਰਸ਼ਾਸਨ ਵੀ ਇਹਦੇ ਨਾਲ ਹੈ ਕਿਉਂਕਿ ਪੁਲਿਸ ਵੀ ਪ੍ਰਸ਼ਾਸਨ ਦਾ ਇੱਕ ਹਿੱਸਾ ਹੀ ਹੈ ਤੇ ਇਹਦੇ ਵਿੱਚ ਇਹ ਹੈ ਕਿ ਕਿਸੇ ਨੇ ਘਬਰਾਣਾ ਨਹੀਂ ਹੈ ਜੋ ਵੀ ਪ੍ਰਸ਼ਾਸਨ ਕਰ ਰਿਹਾ ਉਹ ਤੁਹਾਡੇ ਬਿਲਕੁਲ ਇੱਕ ਹਿਤ ਲਈ ਕਰ ਰਿਹਾ ਹੈ ਤੇ ਤੁਹਾਡੀ ਸਾਮ ਸੰਭਾਲ ਲਈ ਕਰ ਰਿਹਾ ਹੈ ਤੇ ਕੋਈ ਪੈਨਿਕ ਵਾਲੀ ਸਿਚੁਏਸ਼ਨ ਕੁਛ ਵੀ ਨਹੀਂ ਹੈ ਤੇ ਇਹਦੀ ਪ੍ਰੋਪਰ ਤਰੀਕੇ ਨਾਲ ਅੱਗੇ ਤੇ ਕੇਅਰ ਕੀਤੀ ਜਾਏਗੀ